ਸਮਰਥ ਕਰ। ਹੈਲੋ ਉਤਨਾ ਬੇਲੀ, ਇਹਦੇ ਵਿੱਚ ਸਾਹ ਸਾਹ ਤੇ ਕੋਈ ਆ ਵੇਖ ਲਾ, ਇਹ ਤਾਂ ਮਰਿਆ ਪਿਆ। ਦਿੱਲੋ ਤੇਰੀ ਪਛਾਣ ਜੰਮਦਾ ਹੈ ਕੌਣ? ਮੇਰੀ ਪਛਾਣ ਅਜੇ ਤਾਂ ਕੋਈ ਨਹੀਂ ਆਉਂਦਾ ਪਿਆ, ਤੇ ਗਲੀ ਵੀ ਲੁੱਕੀ ਹੈ। ਕੋਈ ਬੰਦਾ ਛੇਣੂ ਕੋਈ ਨੀ, ਤੂੰ ਸ਼ਿਕਰ ਤੂੰ ਪੈਰ ਬਿੱਲੋ, ਇਹਨੂੰ ਚਾਹ ਕੇ ਆਪਾਂ ਘਰ ਲੈ ਚੱਲੀਏ। ਉਤਨਾ ਤੂੰ ਕਮਲਾ ਆਇਆ ਖਲੋਤਾ, ਜੇ ਇਸ ਲਾਸ਼ ਨੂੰ ਚਾਹ ਕੇ ਆਪਾਂ ਆ ਤੇ ਘਰੇ ਲੈ ਤੇ ਵਗ ਗਏ ਨਾ, ਤੇ ਆਪਣੇ ਗਲੇ ਕੋ ਰੋਲਾ ਬਣ ਜਾਸੀ ਤੇ ਮੁੜ ਕੀ ਕਰਸਾ ਏ? ਉਹ ਬੇਗਮ ਜੀ, ਰੋਲਾ ਤਾਂ ਹੁਣ ਹੀ ਬਣ ਸਕਦਾ ਹੈ, ਇਸ ਲਾਸ਼ ਨੂੰ ਆਪਾਂ ਹੱਥ ਲਾਈ ਖਲਿਆ, ਜਿੰਦੀ ਲੈਬੋਰੇਟਰੀ ਹੋਈ ਤੇ ਫਿੰਗਰ ਪ੍ਰਿੰਟ ਤਾਂ ਆਪਣੇ ਹੀ ਆਵਣੇ ਨਾ। ਓਏ ਹੋਏ, ਤੇਰਾ ਰੂਸ਼ਾ ਹੋ ਜਾਵੇ, ਮੁੜ ਹੱਥ ਕਿਉਂ ਲਾਏ ਨੀ? ਹੱਥ ਮੈਂ ਕੋ ਕੱਲੇ ਲਾਏ ਨਾ, ਤੂੰ ਵੀ ਰਲੇ ਲਾਏ। ਓਏ ਆਪਾਂ ਤਾਂ ਅਚਾਨਕ ਹੱਥ ਆ ਕੇ ਤਾਂ ਲਾਏ ਨਾ, ਅਸੀਂ ਆ ਕੇ ਸ਼ਾਇਦ ਉਹ ਡੱਠਾ ਪਿਆ, ਆਪਾਂ ਨੂੰ ਇਹ ਤਾਂ ਨਹੀਂ ਨਾ ਪਤਾ ਵੀ ਇਹ ਮਰਿਆ ਪਿਆ। ਓਏ ਆਪਾਂ ਹੱਥ ਲਾਉਣ ਵਾਲੀ ਤਾਂ ਬੜੀ ਵੱਡੀ ਜਗ੍ਹਾ ਮਾਰ ਬੈਠੇ, ਹੁਣ ਇੱਥੇ ਖਲੋਣ ਦਾ ਫਾਇਦਾ ਕੋਈ ਨਹੀਂ, ਆਪਾਂ ਪਿਛਾੜ ਚੱਲੀਏ। ਹਾਂ ਹਾਂ ਠੀਕ ਹੈ, ਨਹੀਂ ਤੇ ਲਾ ਆਪਣੇ ਜ਼ਿੰਮੇ ਪਾ ਜਾ ਸੀ। ਆ ਜਾ ਹੁਣ ਖੈਰ, ਅੱਗੇ ਆਪਾਂ ਦੋ ਜਣਿਆ ਸੀ, ਹੁਣ ਤ੍ਰੀਏ ਰਲ ਗਿਆ, ਇਹਦੇ ਵੀ ਰਲੇ ਫਿੰਗਰ ਪ੍ਰਿੰਟ ਨਿਕਲ ਸਨ। ਉਹ ਫਿੰਗਰ ਪ੍ਰਿੰਟਾਂ ਨੂੰ ਛੱਡੋ, ਉੱਤੋਂ ਗਰਮੀ ਵੇਖੋ ਤੇ ਲਾਸ਼ ਇੱਥੇ ਗਲੀ ਪਈ ਹੈ, ਤੇ ਬੋ ਮਾਰ ਜਾਸੀ ਯਾ ਇੱਥੇ ਪਟਾਕਾ ਮਾਰ ਜਾਸੀ, ਇਹਨੂੰ ਚਾਹ ਤੇ ਲੈ ਜਾਓ ਘਰੇ, ਤੇ ਜਾਂ ਤੇ ਇਲਾਕੇ ਦੀ ਮਸੀਤ ਚ ਐਲਾਨ ਕਰਾਓ ਜਿੰਨਾ ਦੋਇਆ ਆ ਕੇ ਲੈ ਜਾ ਸਰ। ਨਾ ਵੇ ਮੇਰਾ ਵਿਰਾਸ ਸੀ, ਇਸ ਲਾਸ਼ ਨੂੰ ਚਾਹ ਕੇ ਆਦੇ ਘਰੇ ਕਿਉਂ ਲੈ ਜਾਵੀਏ, ਅਸੀਂ ਆਦੇ ਗਲੇ ਪਵਾੜਾ ਪਵਾਉਣਾ ਹੈ। ਓਏ ਖੁਦਾ ਖੌਫੀ ਕਰੋ, ਤੁਸੀਂ ਰੋਲੇ ਤੂੰ ਡਰਦੇ ਪਏ ਨੇ, ਵੇਂਦੇ ਤੇ ਪਏ ਨੇ, ਲਾਸ਼ ਧੋਪੇ ਚ ਪਈ ਹੈ। ਭੂਤ ਨਾ ਹੋਣ, ਹੁਣ ਕੀ, ਇਹ ਵੀ ਆਪਣੇ ਰਲੇ ਹੀ ਏ। ਉਹ ਭਾਈਆ, ਤੇਰੇ ਸਾਹਮਣੇ ਲਾਸ਼ ਡਿੱਗੀ ਪਈ ਆਈ, ਕੱਲ ਨੂੰ ਕੋਈ ਰੋਲਾ ਬਣੇ ਨਾ ਤੇ ਗਵਾਹੀ ਦੇਵਣੀ ਵੀ ਨਾ ਨਹੀਂ ਮਾਰਿਆ। ਓਏ ਗਵਾਹੀ ਨੂੰ ਬੇਫਿਕਰ ਹੋ ਜਾ, ਭੂਤ ਨੇ ਮੈਂ ਤੁੰਨ ਕੇ ਦੇਸਾਂ ਤੇ ਪੂਰਾ ਬਲ ਕੇ ਪਿੰਡ ਗਵਾਹੀ ਦੇਸੀ, ਤੁਸੀਂ ਇਹਨੂੰ ਚਾਹ ਕੇ ਲੈ ਜਾਓ ਘਰੇ, ਮੈਂ ਮਸੀਤੇ ਐਲਾਨ ਕਰਾਇਆ ਨਾ ਜਿੰਨਾ ਦਾ ਹੈ, ਆ ਕੇ ਭੂਤ ਨੇ ਘਰੋਂ ਲੈ ਜਾਓ। ਭੂਤਨਾ ਹੁਣ ਮੇਰਾ ਹੀਆ ਬੱਜ ਗਿਆ, ਇਹ ਲਾਸ਼ ਦੁੱਖ ਤੇ ਪਈ ਤੜਕਿੰਦੀ ਪਈ ਏ, ਇਹਨੂੰ ਚਾਹ ਲੈ ਤੇ ਆਪਾਂ ਘਰੇ ਲੈ ਚੱਲਨੇ ਆ। ਓਏ ਮੇਰੇ ਕੋਲ ਨਹੀਂ ਚਮਣਾ, ਮੈਂ ਜਾਣਾ ਗੋਏ ਵਾਲੀ ਟਰਾਲੀ ਲਾਇਆ ਬਣਾਉਂਦੇ ਤੇ ਲਾਦ ਕੇ ਲੈ ਚੱਲਨੇ। ਓਏ ਵਾਲੀ ਟਰਾਲੀ ਨੂੰ ਪਰਾਂਦਾ ਫਾ ਕਰ, ਲੱਤਾਂ ਨੂੰ ਤੂੰ ਫਾਤੇ ਤੂੰ ਮੈਂ ਫਦਨੀ ਆ। ਲੈ ਜਾ ਵਿਚਾਰਾ ਲਾ ਵਾਰਸ ਮਰਿਆ ਪਿਆ। ਓਏ ਪੁੱਤਰਾ ਜਵਾਵੇ, ਹਾਏ ਆ ਫਾਦ ਮੇਰੇ, ਵੈਸੇ ਵੇਖ ਕੇ ਤੋਂ ਬਾਹਰੋਂ ਨਿਕਲੀ ਖੜੀ ਏ। ਓ ਰੱਬਾ ਜਿਆ ਆ ਵੀ ਲੈ ਜਾਓ। ਹਜ਼ਰਾਤ ਇੱਕ ਜ਼ਰੂਰੀ ਐਲਾਨ ਸੁਣ ਲਓ, ਵਹੀਦ ਉਹਨਾਂ ਦੀ ਗਲੀ ਦੇ ਵਿੱਚੋਂ ਇੱਕ ਲਾਵਾਰਸ ਲਾਸ਼ ਲੱਭੀ ਏ, ਤੇ ਉਹ ਭੂਤਨਾ ਤੇ ਉਹਦੀ ਸਮਾਣੀ ਬਿੱਲੋ ਚਾ ਕੇ ਲੈ ਗਏ। ਸਾਰੇ ਚੱਕ ਵਾਲੇ ਭੂਤਨੇ ਦੇ ਘਰੇ ਵਗ ਜਾਓ ਤੇ ਜਾ ਕੇ ਲਾਸ਼ ਸਿਆਣੋ, ਜਿਨਾਂਦੀ ਕਿਨਾਂਦੀ ਹੈ ਉਹ ਮੀਆਂ ਆਪਦੀ ਲਾਸ਼ ਆ ਕੇ ਲੈ ਜਾਵੇ। ਮੌਲਾ ਬਖਸ਼ ਕਿਹਦਾ ਐਲਾਨ ਹੋ ਰਿਹਾ ਤੇ ਕੌਣ ਮਰ ਗਿਆ ਆਪਣੇ ਚੱਕ ਚ? ਸੁਣਦੇ ਨੇ ਪਈਆਂ ਦੇ ਪਰ ਕੋ ਲਾ ਵਾਰਸ ਮਰ ਗਿਆ ਹੈ। ਲਾਵਾ ਕਿਹੜਾ ਬੰਦਾ ਲਾ ਵਾਰਸ? ਤੇ ਚੱਕ ਵਾਲਿਆਂ ਨੂੰ ਇੰਨੀ ਤਾਂ ਸੋਚਣੀ ਚਾਹੀਦੀ ਸੀ ਕਿ ਆ ਕੇ ਚੌਧਰੀ ਨੂੰ ਦੱਸਦੇ। ਚਲੋ ਅੱਗੇ ਨਹੀਂ ਆਏ ਤੇ ਕੋਈ ਗੱਲ ਨਹੀਂ, ਹੁਣ ਐਲਾਨ ਜੋ ਹੋ ਗਿਆ ਤੇ ਕੋਈ ਨਾ ਕੋਈ ਆ ਜਾਸੀ। ਤੈਨੂੰ ਕੋਈ ਜ਼ਰੂਰਤ ਨਹੀਂ ਜਾਣ ਦੀ, ਅੱਗੇ ਤੇਰੀ ਤਬੀਅਤ ਠੀਕ ਨਹੀਂ, ਗੁਰਦੇ ਦੀ ਦਰਦ ਹੁੰਦੀ ਪਈ ਹੈ, ਅੰਦਰ ਪਿਆਰ ਹੈ, ਜਿਨ੍ਹਾਂ ਦਾ ਹੋਏਗਾ ਉਹ ਆਪ ਹੀ ਵਾਰਸ ਆ ਕੇ ਲੈ ਜਾਣਗੇ। ਉਹ ਕਮਲੀਆ ਹੀ ਨਹੀਂ ਆਉਂਦਾ, ਆਪਾਂ ਪਿੰਡ ਦੇ ਨੰਬਰਦਾਰ ਆਏ, ਗਣਿੰਦੇ ਮਣਿੰਦੇ ਆਏ, ਉੱਥੇ ਮਾਇਰਾ ਜਾਣਾ ਜ਼ਰੂਰੀ ਹੈ, ਉੱਥੇ ਕੁਰਸੀ ਗੱਤ ਮਾਇਰਾ ਸਾਂ।
ਹੁਣ ਉਹ ਗਰੀਬ ਬੂਤਨਾ ਚਾਤ ਲਾਇ ਗਈ ਹੈ ਤੇ ਇਹ ਕੱਲ ਨੂੰ ਰੋਲਾ ਆਉਂਦੇ ਗਲਤ ਨਾ ਪਿਆ ਵੱਤੇ, ਉੱਥੇ ਮੇਰਾ ਹੋਣਾ ਜ਼ਰੂਰੀ ਹੈ। ਚਲੋ ਠੀਕ ਹੈ, ਮੈਂ ਤੁਹਾਡੇ ਨਾਲ ਚੱਲਨੀ ਆ ਤੇ ਜ਼ਿਆਦਾ ਉੱਥੇ ਟੁਰਨਾ ਫਿਰਨਾ ਨਾ ਜ਼ਿਆਦਾ ਬੋਲਣਾ ਉੱਥੇ, ਇੱਕ ਸਾਈਡ ਤੇ ਕੁਰਸੀ ਢਾ ਕੇ ਤੇ ਜਿਹੜੀ ਕੋਈ ਮਤਲਬ ਦੀ ਗੱਲ ਹੈ ਉਹ ਹੀ ਕਰਨਾ। ਉਹ ਠੀਕ ਹੈ, ਬੇਫਿਕਰ ਹੋ ਜਾ, ਜਾ ਬੈਠਾ ਰਹਾ ਸਮਾਂ ਉੱਚ। ਅੱਬੂ ਜੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ, ਮੈਂ ਲਾਵਾਰਸ ਕਦੀ ਲਾਸ਼ ਨਹੀਂ ਵੇਖੀ। ਉਹ ਮੇਰੀ ਧੀ, ਉਹ ਲਾਸ਼ ਵੀ ਮੈਂ ਆਮ ਲਾਸ਼ ਤਰ੍ਹਾਂ ਹੈ ਕਿ ਉਸ ਤੋਂ ਗੁੰਗਰੂ ਲੱਗੇ ਹੋਏ ਨਾ, ਜਿਵੇਂ ਤੇਰੇ ਦਾਦੇ ਦੀ ਲਾਸ਼ ਆਈ। ਅੱਬੂ ਜੀ ਦਾਦੇ ਵਾਰੀ ਤੇ ਨਹੀਂ ਲਾਵਾਰਸ ਕਿਸੇ ਨੇ ਆਖਿਆ ਸੀ। ਲਾਇਆ ਹੀ ਲੱਖਾਂ, ਹੁਣ ਗੁੰਗ ਡੋਰ ਨੂੰ ਪੂਰਾ ਡੇਢ ਘੰਟਾ ਲਾ ਕੇ ਸਮਝਾਉਣਾ ਪਊਸੀ। ਉਹ ਮੇਰਾ ਪੁੱਤਰ ਉਹ ਜਿਸ ਟਾਈਮ ਤੇਰਾ ਦਾਦਾ ਮਰਿਆ ਹਾ, ਉਹਨੂੰ ਨਵਾਇਆ ਦਵਾਇਆ, ਉਹਦੇ ਕੋਲ ਸੱਤ ਕਰਾਇਆ, ਕਿਉਂਕਿ ਅਸੀਂ ਵਾਰਿਸ ਸਾਸੇ, ਜਿਹਦਾ ਨਾ ਕੋਈ ਰਿਸ਼ਤੇਦਾਰ ਹੋਵੇ ਨਾ, ਉਹਨੂੰ ਸੱਦੇ ਨੇ ਲਾ ਵਾਰਿਸ ਮਰ ਗਿਆ। ਸਮਝ ਆਈ ਮੇਰਾ ਪੁੱਤਰ ਹੁਣ? ਜੀ ਬਿਲਕੁਲ। ਚੱਲੀਏ ਜੀ ਹੁਣ? ਚੱਲੀਏ ਹੈਗਾ ਹੁਣ? ਹਾਂਜੀ ਚੱਲੋ। ਚੱਲ ਪੁੱਤਰ ਫੇਰ ਵੀ ਨਾਲ ਲੈ ਚੱਲਨੇ। ਬਸ ਇੱਕ ਗੱਲ ਹੈ ਯਾਰ, ਇਹਨੇ ਪੀੜਾ ਖੀਰ ਕੀਤੀ ਖਲੀਏ। ਚਲੋ ਇਸੇ ਲਈ ਤੇ ਕਹਿੰਦੀ ਪਈ ਸੀ। ਓਏ ਬੂਤਰੇ ਗੱਲ ਸੁਣ ਮੇਰੀ, ਇਹ ਜੋ ਵੀ ਆਈ ਨਾ ਤੇਰਾ ਹੱਕ ਨਾ ਹੀ ਬਣਦਾ ਕਿ ਲਾਸ਼ ਚਾ ਕੇ ਘਰ ਲੈ ਆਵਣੀ। ਉਹ ਚਾਚਾ ਹੁਣ ਕੁਛ ਨਹੀਂ ਹੁੰਦਾ, ਮੈਂ ਦਿਲ ਬੰਨ ਲਿਆ, ਇਹ ਵਿਚਾਰਾ ਉੱਥੇ ਐਵੇਂ ਚੌਕ ਦੇ ਵਿੱਚ ਰੁਲਦਾ ਪਿਆ, ਉਤੋਂ ਧੁੱਪ ਕਿਤਨੀ ਹੈ, ਮੈਨੂੰ ਤਰਸ ਆਇਆ, ਮੈਂ ਜਾ ਕੇ ਘਰ ਲਿਆਂਦਾ, ਨਾਲੇ ਅਸੀਂ ਦੋਵੇਂ ਜੀ ਨਹੀਂ ਸੇ, ਸਾਡੇ ਨਾਲ ਜੱਗਾ ਵੀ ਹੈ। ਓਏ ਅੱਜ ਕੱਲ ਦੇ ਹਾਲਾਤ ਵੇਖ ਕੇ ਲੋਕਾਂ ਦੀ ਦੁਸ਼ਮਣੀਆਂ ਚੱਲਦੀਆਂ ਪਈਆਂ, ਇਹ ਮੁੱਦਾ ਤੇਰੇ ਗੱਲ ਫਿੱਟ ਹੋ ਜਾ ਤੇ ਮੁੜ ਕੇ ਬਣਸੀ। ਚਾਚਾ ਡੋਰਾ ਅਸੀਂ ਤਾਂ ਕੀਤਾ ਭਲਾ, ਜੇ ਭਲੇ ਨੂੰ ਵੀ ਚੱਕ ਵਾਲੇ ਨਹੀਂ ਨਾ ਸਮਝੂ ਇਹਨੇ ਤਾਂ ਮੋੜ ਆਦੀ ਮਰਜ਼ੀ ਕਰਸਾ। ਮੇਰੀ ਧੀ ਇਹ ਤੁਸੀਂ ਨਾ ਚੰਗਾ ਨਹੀਂ ਕੀਤਾ, ਇਹ ਜਿੱਥੇ ਲਾਸ਼ ਪਈ ਆਈ ਨਾ ਉੱਥੇ ਪਈ ਰਾਨ ਦੇਣੀ ਆਈ, ਇਹ ਜਦੋਂ ਵੀ ਉਹ ਜਿਹਾ ਕੋਈ ਵਕੂਆ ਹੁੰਦਾ ਹੈ ਪੁਲਾ ਸਾਲੇ ਆਉਂਦੇ ਆ ਕੇ ਉਹ ਵੇ ਦੇਣ ਮੌਕਾ, ਮੌਕਾ ਵੇਖ ਕੇ ਉਸ ਤੋਂ ਬਾਅਦ ਇਹਦੇ ਜਿਹੜੇ ਵੀ ਟੈਸਟ ਹੁੰਦੇ ਨੇ ਉਹ ਕਰਕੇ ਉਸ ਤੋਂ ਬਾਅਦ ਇਹਦਾ ਕੋਈ ਵਾਲੀ ਵਾਰਿਸ ਬਣਦਾ। ਚਾਚਾ ਹੁਣ ਲਾਸ਼ ਤਾਂ ਅਸੀਂ ਘਰੇ ਚਾਹ ਕੇ ਲੈ ਆਉਂਦੀ ਹੈ, ਜਿਹੜਾ ਵੀ ਰੋਲਾ ਪਿਆ ਵੇਖੀ ਜਾਸੀ। ਹੋ ਸਕਦਾ ਅੰਦਰ ਸੁੱਤਾ ਪਿਆ ਹੋਵੇ, ਆਦੇ ਕੰਮ ਦਿੰਦੇ ਗਿਆ ਹੋਵੇ, ਉਹਨੇ ਮਤ ਇਲਾਨ ਹੀ ਨਾ ਸੁਣਿਆ ਹੋਵੇ। ਚਲੋ ਮੁੜ ਅੱਲਾ ਦੇ ਸਪੁਰਦ ਇੱਥੇ ਕੋਈ ਬਾਲ ਆ ਜਾਂਦਾ ਉਹਨਾਂ ਦੇ ਘਰੇ ਗੱਲੇ ਆ ਇਤਲਾ ਦੇ ਉਸੀ। ਪਤਾ ਨਹੀਂ ਯਾਰ ਵਿਚਾਰਾ ਹੈ ਕੌਣ, ਅੱਗੇ ਤਾਂ ਕਦੀ ਚੱਕ ਕੇ ਵੇਖਿਆ ਨਹੀਂ ਹੈ। ਇਹ ਗੱਲ ਤਾਂ ਹੈ। ਉਹ ਚਾਚਾ ਹੋ ਸਕਦਾ ਇਹ ਕਮਲਾ ਰਮਲਾ ਹੋਵੇ, ਇਹਦਾ ਅੱਗੂ ਪਿੱਛੂ ਕੋਈ ਹੋਵੇ ਹੀ ਨਾ। ਮੇਰਾ ਪੁੱਤਰ ਤੇਰੀ ਇਹ ਵੀ ਗੱਲ ਮੰਨਣ ਦੀ ਹੈ। ਵੇ ਕੂਤਣਾ ਕਿਹਦੇ ਲਾਸ਼? ਪਤਾ ਨਹੀਂ ਆਪਣੇ ਚੱਕ ਦਾ ਤਾਂ ਹੈ ਕਿਥੋਂ ਲੱਭੀ ਨੇ ਲਾਸ਼? ਜਹਾਜ਼ ਤੂੰ ਡਿੱਗੀ ਹੈ ਤੇ ਸਿੱਧੀ ਸਾਡੇ ਘਰੇ ਆਈ ਹੈ, ਬਾਈ ਤੁਸੀਂ ਚੱਕ ਏਡੇ ਹੂੜ ਮਤ ਦੇ ਮਾਲਕ ਨੇ, ਇਲਾਨ ਚ ਨਹੀਂ ਸੁਣਿਆ ਨੇ ਵੀ ਵਈ ਦਾਈ ਗਲੀ ਚ ਲਾਸ਼ ਡਿੱਗੀ ਪਈ ਤੇ ਅਸਾਂ ਉੱਥੋਂ ਜਾਈਏ, ਮੋੜ ਵੀ ਜਿਹੜਾ ਬੰਦਾ ਆਉਂਦਾ ਉਹ ਚਸਕਾ ਲੈਂਦਾ। ਹਾਨੀ ਮੱਖੇ ਪਾਵਣ ਵਾਲੀ ਕਿਉਂ ਗੱਲ ਕਰਦੀ, ਮੈਂ ਤਾਂ ਤੇਰੇ ਕੋਲ ਸਿਰਫ ਪੁੱਛਾ ਹੈ। ਪੁੱਛਣ ਦੀ ਕਿ ਸੰਨਤ ਹੁੰਦੀ ਹੈ ਐਵੇਂ ਬੂਤਣਾ, ਇਹਦੀ ਜੇਬ ਵਿੱਚ ਕੁਛ ਨਿਕਲੀ ਨੇ ਕੋਈ ਨਾ? ਅਸੀਂ ਕੀ ਜੇਬ ਕੱਟ ਰਹੇ ਆ? ਉਹ ਗੱਲ ਨਹੀਂ ਕਰਦੀ ਪਈ ਆ ਵੀ ਇਹਦਾ ਕੋਈ ਅਤਾ ਪਤਾ, ਕੋਈ ਆਈਡੀ ਕਾਰਡ ਵਿੱਚੋਂ ਨਿਕਲੋ ਸੀ ਜੇਬ ਦੇ ਵਿੱਚ, ਮੁੜ ਦੇਵਣਾ ਨਹੀਂ ਨੇ ਮਾਲਕਾਂ ਨੂੰ। ਹਾਂ ਇਹ ਗੱਲ ਤੋਂ ਪੁਆਇੰਟ ਦੀ ਕੀਤੀ, ਮੈਂ ਹੁਣ ਵੇਖ ਲੈਣਾ। ਵੇਖ ਵੇਖ
ਸਾਨੂੰ ਤਾਂ ਆਜ ਫੜਤੂਲੀ ਮੱਚੀ ਹੋਈ ਆ, ਇਤਨੇ ਤੀਕਰ ਅਸੀਂ ਪਹੁੰਚੇ ਨਹੀਂ ਆ ਵੀ ਜੇ ਬਾਸ਼ੋ ਦੇ ਦੀਆਂ ਫਰੋੜ ਲੱਗੀ। ਆਪਾਂ ਹੁਣ ਵੇਖ ਲੈਨੇ ਆ ਬੇਗਮ ਜੀ, ਪਰੇਸ਼ਾਨ ਕਿਉਂ ਹੋਣੀ? ਮੋਬਾਈਲ ਤਾਂ ਹੋਇਆ ਤੇ ਸਾਰੇ ਕੰਮ ਹੀ ਸੌਖੇ ਹੋ ਜਾਸਣ। ਲਾ ਵੀ ਦੋ ਜੇਬਾਂ ਆ ਨਸਵਾਰ ਨਿਕਲੀ, ਇਹਦੇ ਝੁੰਡੀ ਰੱਖ ਲਾਏ। ਓਏ ਅੱਲਾ ਦੇ ਬੰਦਿਆ, ਤੇਰੀ ਖੁੱਤੀ ਚੱਕ ਚੋ ਲਾਸ਼ ਨੂੰ ਹੱਥ ਲਾਈ ਜਾਣਾ ਹੈ? ਉਹ ਜਿਸ ਲਾ ਕੇ ਉਹ ਮਸ਼ੀਨਾਂ ਲਾਵਣ ਵਾਲਾ ਲਾਸ਼ ਨੂੰ ਤੇਰੇ ਅੰਗੂਠੇ ਆਏ ਪਿਓ ਸਰ ਮੋੜ ਸਾਰੀ ਜ਼ਿੰਦਗੀ ਦਾ ਘਾਹ ਤੁੰਨਿਆ ਪਿਓ ਸੇ। ਅੱਗੇ ਚੱਲ ਕੇ ਗੱਲ ਕਰੋ ਜੀ। ਇਸ ਚੱਕ ਦਾ ਹੈ ਤਾਂ ਨਹੀਂ, ਇਹ ਵੀ ਨਹੀਂ ਹੋ ਸਕਦਾ ਚਿੱਟੇ ਦੇ ਹੱਥ ਬੰਦਾ ਬੰਦੇ ਨੂੰ ਕਤਲ ਕਰ ਤੇ ਵਗ ਜਾਵੇ ਪਿੰਡ ਚ। ਭੂਤਨੇ ਆ, ਇਹਨੂੰ ਵੇਖੀ ਨਾ ਕੋਈ ਸੱਟ ਫੇਰ ਤਾਂ ਨਹੀਂ ਲੱਗੀ ਹੋਈ? ਨਾ ਜੀ, ਮੈਂ ਇਹਨੂੰ ਚੰਗੀ ਤਰ੍ਹਾਂ ਵੇਖੀ ਖਲਾ, ਇਹਨੂੰ ਕੋਈ ਸੱਟ ਫੇਰ ਨਹੀਂ ਲੱਗੀ ਹੋਈ। ਹਾਂ, ਜਿੱਥੋਂ ਤਾਂ ਮੇਰੀ ਸਮਝ ਆਉਂਦੀ ਪਈ ਹੈ ਨਾ, ਇਸ ਬੰਦੇ ਨੂੰ ਅਟੈਕ ਹੋਇਆ ਤੇ ਇਹ ਵੀ ਲਾ ਵਾਰਿਸ ਹੈ। ਜਦੋਂ ਜੇਬ ਵਿੱਚ ਨਾ ਕੁਛ ਨਾ ਸਿੱਕਾ ਅਟੇ, ਨਾ ਕੋਈ ਫੋਨ ਨੰਬਰ ਹੈ, ਉਹ ਅੱਲਾ ਦੇ ਬੰਦੇ ਆ ਜਾ ਕੇ ਇਹਨਾਂ ਦਾ ਕੋਈ ਵਾਰਿਸ ਹੁੰਦਾ, ਇਹਦੀ ਜੇਬ ਵਿੱਚੋਂ ਕੋਈ ਨਾ ਕੋਈ ਸ਼ਾਇਦ ਨਿਕਲਣੀ ਆਈ ਨਾ। ਇਹ ਕੋਈ ਸਾਈ ਲੋਕ ਆਪਣੇ ਗਿਆ ਪਿੰਡ 'ਚ ਮਾਰ, ਹੁਣ ਆਪਾਂ ਦੇ ਵਾਰਿਸ ਬਣ ਕੇ ਤਾਂ ਆਪਾਂ ਦਫਨਾਈਏ। ਚੌਧਰੀ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਇੱਕ ਮੈਂ ਗੱਲ ਕਰਾਂ ਸਾਰੇ ਵਸੇਬ ਵਾਲਿਆਂ ਨੂੰ। ਹਾਂ ਹਾਂ ਮੀਆਂ, ਗੱਲ ਕਰ ਲਾ ਤੂੰ। ਲੈ ਬਈ ਵਸੇਬ ਵਾਲਿਓ, ਜਿਹੜੇ ਮੌਜੂਦ ਹੋ ਉਹ ਵੀ ਤੇ ਜਿਹੜੇ ਨਹੀਂ ਮੌਜੂਦ ਉਹਨਾਂ ਵਾਸਤੇ ਇਹ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਜਿਤਨੇ ਆਪਾਂ ਵਸੇਬ ਵਾਲੇ ਸਾਰੇ ਰਲ ਕੇ ਇਹ ਭੂਤਨੇ ਦੀ ਇਮਦਾਦ ਕਰੀਏ। ਜੋ ਕਫਨ ਦਫਨ ਕੁੱਲ ਸਾਤਾ ਚਲੀਸਵੇਂ ਤੇ ਜੁਮੇਰਾਤਾ ਇਹੋ ਕਰਾਈ ਸੀ, ਤੇ ਆਪਣਾ ਹੱਕ ਇੱਕ ਇਨਸਾਨੀਅਤ ਦੇ ਨਾਤੇ ਜੋ ਫੜ ਸਕਨੇ ਆ ਨਾ, ਉਹ ਭੂਤਨੇ ਦੇ ਹੱਥੀ ਦੇ ਵੀ। ਅਸੀਂ ਮੀਆਂ ਭੂਤਨੇ ਦੇ ਨਾਲ ਭੂਤਨਾ ਬੰਦੋਬਸਤ ਕਰੇ, ਜਿੰਨੇ ਵੀ ਹੋਏ ਪੈਸੇ ਅਸੀਂ ਲਿਆ ਕੇ ਦਿਸਾਂ, ਬਾਕੀ ਪਿੰਡ ਵਾਲੇ ਕੋਲ ਲੈ ਤੇ ਦਿਸਾਂ ਮੈਂ। ਠੀਕ ਹੈ ਉਹ ਮੀਆਂ, ਘਬਰਾਵਣਾ ਨਹੀਂ, ਅਸੀਂ ਤੇਰੀ ਰੱਜ ਕੇ ਇਮਦਾਦ ਕਰੇ ਸਾਂ ਅੱਲਾ ਵਾਸਤੇ। ਅਤੇ ਜੈਸੇ ਜੀ, ਕੱਲਾ ਬੰਦਾ ਤਾਂ ਮੈਂ ਤੈਨੂੰ ਫਟੀਕ ਚ ਆ ਨਹੀਂ ਸਕਦਾ, ਤੁਸੀਂ ਚਾਰ ਆਨੇ ਸਾਰੇ ਮੈਨੂੰ ਦੱਸੋ ਤੇ ਸਾਰਾ ਬੰਦੋਬਸਤ ਮੈਂ ਕਰ ਲਈ ਸਾਂ। ਮਿਹਰਬਾਨੀ ਜਨਾਬ, ਸ਼ੁਕਰੀਆ। ਪੈਸਾ ਫੜ ਦੇ ਤੇ ਇੰਤਜ਼ਾਮ ਕਰ। ਇੰਤਜ਼ਾਮ ਸ਼ੁਰੂ ਹੋ ਗਿਆ ਜਨਾਬ, ਤੁਸੀਂ ਪਰੇਸ਼ਾਨੀ ਨਾ ਲਾਓ। ਓ ਮੀਆਂ ਬੋਤਲਾ, ਆ ਮੇਰੇ ਕੋਲ 22,000 ਰੁਪਇਆ ਫਿਰਦਾ ਹੈ, ਇਹ ਤੂੰ ਰੱਖ ਲੈ ਤੇ ਬਕਾਇਆ ਮੈਂ ਤੈਨੂੰ 23,000 ਰੁਪਇਆ ਹੋਰ ਲਿਆ ਕੇ ਦੇਸਾਂ, ਮੇਰੇ ਲਈ 45 ਤੇਰੇ ਲਈ ਸਮਝ ਹੋ ਗਿਆ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ। ਓ ਮੀਆਂ ਬੋਤਲੇ ਆ, ਇਹ ਇਨ ਵੱਡੇ ਲੋਕ ਫਰਦੇ ਸਰਦੇ, ਮੈਂ ਹਾਂ ਮਾੜਾ ਜਿਹਾ ਬੰਦਾ, ਮੇਰੇ ਕੋਲ ਤਾਂ 17,000 ਰੁਪਇਆ ਤੇ ਖੁਦਾ ਦੀ ਰਜ਼ਾ ਤੇ ਮੈਂ ਵੀ ਇਮਦਾਦ ਕਰਿੰਦਾ ਪਿਆ ਲਾ ਵਾਰਿਸ। ਵੇਖਿਆ ਜਾਵੇ ਨਾ ਚਾਚਾ ਡੋਰਿਆ, ਤੇ ਵੀ 1,25,000 ਹੈ ਪਿਆ, ਜਿਤਨੇ ਇੱਕ ਬੰਦਾ ਸਾਰ ਸਕੇ ਨਾ ਉਤਨਾ ਹੀ ਦੇ ਛੱਡੇ ਨਾ, ਉਹ ਵੀ ਬੜਾ ਹੁੰਦਾ। ਬਸ ਉਹਦੀ ਰਜ਼ਾ ਵਾਸਤੇ ਮੈਂ ਕੀਤਾ ਹੀ, ਰੱਖ ਲਾ ਰੱਖ ਲਾ, ਮੈਂ ਕਿਹੜਾ ਵਾਪਸ ਦਿੰਦਾ ਪਿਆ ਜੀ। ਉਹ ਤੂੰ ਟੈਨਸ਼ਨ ਨਾ ਲੈ, ਮੈਂ ਚੱਕ ਕੇ ਜਾਂਦਾ ਪਿਆ, ਤੈਨੂੰ ਹੋਰ ਵੀ ਬਹੁਤ ਕੁਝ ਇਕੱਠਾ ਕਰਕੇ ਦੇਸਾਂ। ਉਹ ਮੀਆਂ ਬੂਤਣਾ, ਮੇਰੇ ਵੱਲੋਂ 7 ਮਣ ਕਣਕ ਹੀ ਚਲੀਸਵੇ ਤਾਈਂ ਪਿਆ ਕੇ ਖਾ। ਵਾਹ ਚਾਚਾ ਵਾਹ, ਇਮਦਾਦ ਕਰਨ ਵਾਲੀ ਤੂੰ ਵੀ ਤੋਨ ਕਾਟ ਦਿੱਤੀ ਹੈ, ਹਾਲਾਂਕਿ ਮਾੜਾ ਬੰਦਾ ਮੋੜ ਵੀ ਦਿਲ ਤੇਰਾ ਵੱਡਾ। ਚਲੋ ਵਕਤੀ ਤੌਰ ਤੇ ਬੁੱਤੀ ਕੱਢੀ ਹੈ, ਤੇਰੇ ਵੀ 1,25,000 ਹੈ।
ਮੈਨੂੰ ਦੇ ਤੇ ਮੇਰਾ ਵੀਰਾ ਉਹਦਾ ਮਰੋ ਤੇ ਹੈ ਬਾਹਰ ਤੇ ਮੇਰੇ ਵਾਲਾ ਚੋਰੀ ਦੇ ਕੇਸ ਚ ਅੰਦਰ ਤੇ ਮੈਂ ਤੈਨੂੰ ਕਿੱਥੋਂ ਦੇਵਾਂ ਸ਼ੁਕਰ ਹੈ ਉਹ ਅੰਦਰ ਹੈ ਨਹੀਂ ਤੇ ਜਿਵੇਂ ਆ ਮੈਂ ਇਕੱਠੇ ਕੀਤੀ ਖਲੋਸ ਮੇਰੇ ਕੋਲ ਖੋ ਲੈਣੇ ਆ ਉਹ ਮੀਆਂ ਗੱਲਾਂ ਦੀ ਬਾਸ ਕਰੋ ਮਸੀਤੂ ਲਾਇਓ ਫੱਟਾ ਤੇ ਛਵਾਰ ਨੂੰ ਵਾ ਪਤਾ ਨਹੀਂ ਕਿਸੇ ਦਾ ਮੋਇ ਹੋਇਆ ਹੈ ਮੈਂ ਨਵੈਨਾ ਚੌਧਰੀ ਸਾਹਿਬ ਹਾਂ ਤੇ ਮਸੀਤੇ ਲਾਣ ਕਰਾ ਦੇ ਜਨਾਜ਼ੇ ਦਾ ਇਲਾਨ ਹੀ ਕਰਵਾ ਦੇਣਾ ਆਪਾਂ ਗੱਲ ਕੱਪੜੇ ਚੇਂਜ ਕਰ ਆਈ ਹਾਂਜੀ ਆਜੋ ਉਹ ਜੱਗਿਆ ਤੂੰ ਜਾ ਤੇ ਹੋਰ ਘਰਾਂ ਚ ਇਮਦਾਦ ਕਰਕੇ ਲਾਇਆ ਮੈਂ ਇਮਦਾਦ ਇਕੱਠੀ ਕਰ ਲਿਆ ਉਹਨਾਂ ਦੇ ਲਾਣ ਨੂੰ ਜਨਾਜ਼ਾ ਦਾ ਕਰਾ ਕੇ ਮੈਂ ਆਦਾ ਬਿੱਲੋ ਸੀ ਆਉਣੀ ਆਣ ਕੇ ਪੜਾਈ ਪੂਰੀ ਕਰਨੀ ਆ ਠੀਕ ਹੈ ਠੀਕ ਆ ਬਸ ਬਸ ਤੇ ਚ ਫੱਟਾ ਚਾਹੀ ਆ ਆ ਫੱਟਾ ਚਾਹੇ ਮੋੜ ਬਾਤ ਮੈਂ ਦਾਣੇ ਚਾ ਲੈਣਾ ਲੈ ਫੇ ਬਿੱਲੋ ਐਵੇਂ ਤੂੰ ਦੇ ਰਾਤੀ ਮੈਂ ਨਾਲ ਲੱਗੀ ਰਾਨੀ ਆ ਵੇ ਬੂਤਰਾ ਤੇਰੇ ਕੋਲ ਛੱਤ ਨਹੀਂ ਪੰਦੀ ਪਈ ਕੋਠੇ ਦੀ ਹੁਣ ਭਾਵੇਂ ਲੰਟਰ ਪਾ ਲਾ ਲੰਟਰ ਕੇ ਨਾਲ ਪਾਉਂ ਮੈਂ ਜਿਵੇਂ ਜਿਵੇਂ ਮੁਲਕ ਪੈਸੇ ਦਿੰਦਾ ਰਿਹਾ ਨਾ ਤੇ ਮੈਂ ਨਾਲੋ ਨਾਲ ਗਿਣਦੀ ਰਹੀ ਆ 1,47,000 ਹੋਇਆ ਬਾਕੀ ਚੱਕ ਵਾਲਿਆਂ ਪੈਸੇ ਦਿੱਤੇ ਤੇ ਮੋੜ ਪਤਾ ਲੱਗ ਸੀ ਵੀ ਲੰਟਰ ਪੰਦਾ ਜਾਂ ਟੀਅਰ ਗਾਰਡਰ ਪੰਦੇ ਕੱਲੀ ਆਦੀ ਛੱਤ ਦੇ ਬਾਰੇ ਨਾ ਸੋਚੋ ਮੇਰਾ ਵੀ ਹਿੱਸਾ ਦਿਓ ਮੈਨੂੰ ਉਹ ਲਾਂਤੀਆ ਤੇ ਯਕਦਮ ਹੀ ਉੱਠ ਪਈਆਂ ਇਹੋ ਸ਼ੁਕਰ ਹੈ ਕੋਲ ਕੋ ਬੰਦਾ ਕੋਈ ਨਾ ਖਲੋਤਾ ਮੈਂ ਪਾਗਲ ਨਹੀਂ ਆ ਮੈਨੂੰ ਪਤਾ ਲੱਗ ਗਿਆ ਸੀ ਜਦੋਂ ਸਾਰੇ ਚਲੇ ਗਏ ਮੈਂ ਫੇਰ ਉੱਠੀ ਜਾ ਜੇ ਤੂੰ ਇਹ ਗੱਲ ਨਾ ਵੀ ਕਰੀ ਆ ਨਾ ਤੇ ਸਾਨੂੰ ਨਹੀਂ ਪਤਾ ਵੀ ਅਸੀਂ ਤੇਰੇ ਨਾਲ 10,000 ਮੁੱਕਾ ਅਸੀਂ ਤੈਨੂੰ ਦੇਣਾ ਹੁਣ ਮੈਂ ਦਸ ਦੁਸ ਨਹੀਂ ਲੈਣਾ ਹੈਗਾ ਹੁਣ ਮੈਂ ਤੀਜਾ ਹਿੱਸਾ ਲੈਣਾ 1,47,000 ਰੁਪਇਆ ਹੁਣ ਇਕੱਠਾ ਹੋਇਆ ਤੇ ਚੱਕ ਵਾਲੇ ਰਹਿੰਦੇ ਆ 2,50,000 ਸੁਣ ਲਈ ਭਾਈ ਜਾਨ ਤੂੰ ਮੇਰੇ ਸਾਹਮਣੇ ਦੇ ਚੱਕ ਚ ਵਿਹਲਾ ਵਧਾ ਤੇ ਤੂੰ ਮੈਨੂੰ ਆਖਿਆ ਯਾਰ ਭੂਤਣਾ ਮੇਰੇ ਕੋਲ ਕੋਈ ਕੰਮ ਨਹੀਂ ਆਉਂਦਾ ਕੋਈ ਸੌਖਾ ਜਿਹਾ ਕੰਮ ਤਾਂ ਕਰਾ ਮੇਰੇ ਕੋਲ ਮੈਂ ਤੈਨੂੰ ਆਖਿਆ ਤੂੰ ਮੇਰੇ ਨਾਲ ਚੱਲ ਮੈਂ ਤੇਰਾ ਕੋਈ ਨਾ ਕੋਈ ਜਾ ਕੇ ਲਾ ਦੇਣਾ ਮੈਂ ਤੇਰਾ 10,000 ਰੁਪਇਆ ਮੁਕਾਇਆ ਉਹ ਤੈਨੂੰ ਮੈਂ ਦੇਵਣ ਨੂੰ ਤਿਆਰ ਹਾਂ ਬਾਕੀ ਮੈਨੂੰ 50,00,000 ਵੀ ਹੋ ਜਾਵੇ ਮੈਂ ਤੈਨੂੰ ਹੋਰ ਪੈਸੇ ਕੋਈ ਨਹੀਂ ਦੇਵਣਾ ਠੀਕ ਹੈ ਤੂੰ ਨਾ ਦੇ ਪੈਸੇ ਮੈਂ ਜਾ ਕੇ ਪਿੰਡ ਵਾਲਿਆਂ ਨੂੰ ਦੱਸ ਦੇਣਾ ਉਹ ਚਬਾਲਾ ਤੂੰ ਪਿੰਡ ਵਾਲਿਆਂ ਨੂੰ ਕਿਉਂ ਦੱਸੇਨਾ ਚਲੋ 10 ਦੀ ਜਗ੍ਹਾ ਤੇ ਤੂੰ 20 ਲੈ ਲਾ ਇਥਾਂ ਚੁੱਪ ਗੜੁੱਪ ਹੋ ਜਾ ਚਲੋ 20 ਤੇ ਆਉਂਦਾ ਹੈਗਾ ਨਾ ਇਹ ਤੇਰੇ ਕੋਲ ਮੈਂ ਫੜਾ ਹੈਗਾ ਚੱਲ ਲਿਆ ਦੇ ਪੈਸੇ ਇਹਲਾ ਬਿੱਲੋ ਨੂੰ 20,000 ਰੁਪਏ ਗੇਣ ਕੇ ਦੇ ਜਨਾਬ ਤੁਸੀਂ ਚੁੱਪ ਕਰਕੇ ਇੱਥੇ ਪੈਰ ਰਵੋ ਬੰਦੇ ਆਉਂਦੇ ਜਾਂਦੇ ਖਲੇ ਉਹਨੂੰ ਕਿਸੇ ਨੂੰ ਪਤਾ ਲੱਗ ਜਾਵੇ ਤੇ ਮੈਂ ਤੈਨੂੰ ਦਫਨੀਵਣ ਨਹੀਂ ਦਿੰਦਾ ਦਫਨੀਵਣ ਤੋਂ ਪਹਿਲੇ ਪਹਿਲੇ ਤੈਨੂੰ ਮੈਂ ਗਲਾ ਦੇਸਾਂ ਐਲਾ ਚਲੋ 20 ਮੇਰੇ ਕੋਲ ਆ ਗਿਆ ਨਾ ਤੇ ਹੁਣ ਨਵਾਣ ਵਾਸਤੇ ਦਫਨਾਣ ਵਾਸਤੇ ਬੰਦਾ ਆਪੇ ਲੱਭ ਨਹੀਂ ਹੈਗਾ ਉਹ ਖਲੋ ਤਾਂ ਸਹੀ ਮੈਂ ਰੋਲਾ ਪਾ ਦੇਣੀ ਬਾਹਰ ਪਿੰਡ 'ਚ ਅੱਛਾ ਰੋਲਾ ਨਾ ਪਾ ਬਿੱਲੋ ਹੁਣ ਕੀ ਕਰੀਏ ਲੈਨੇ ਆ ਕੋਈ ਜੁਗਾੜ ਹੈ ਕੋਈ ਗਰੇ ਤਵਾੜ ਚੱਲ ਜੇ ਚੱਕ ਵਾਲਿਆਂ ਨੂੰ ਆਪਣੀ ਚਲਾਕੀ ਦਾ ਪਤਾ ਲੱਗ ਗਿਆ ਨਾ ਤੇ ਅਗਲੇ ਰੱਜ ਕੇ ਗੰਦਾ ਕਰ ਸਨ ਤੇ ਮੋੜ ਇਸ ਚੱਕ 'ਚ ਆਪਾਂ ਟੁਰਨ ਜੋਗਿਆ ਵੀ ਨਹੀਂ ਹੋਣਾ ਤੇ ਬਸ ਠੀਕ ਹੈ ਮੋੜ ਆਪਾਂ ਨਿਕਲਣ ਕਰੀਏ ਹਟ ਕੇ ਉਦੋਂ ਆਉਣਾ ਜਦੋਂ ਕੰਮ ਠੱਡਾ ਹੋ ਗਿਆ ਕਰਨਾ ਹੀ ਆਪਾਂ ਇਵੇਂ ਹਾਂ ਹਾਂ ਚਾਚਾ ਡੋਰਾ
ਲਾਸ਼ ਵੀ ਪਸੀਨਾ ਸੁੱਕ ਲਵੇ, ਲਾਸ਼ ਨਾਲ ਜ਼ਿਆਦਾ ਪਸੀਨਾ ਤੈਨੂੰ ਲੱਥਾ ਖਲਾ। ਉਹ ਜੱਗੇ ਪੁੱਤਰ ਅੰਦਰ ਵੇਖੇ ਨਾ ਲਾਸ਼, ਉਹ ਮੈਂ ਤੈਨੂੰ 30,000 ਰੁਪਇਆ ਹੋਰ ਦੇਵਣ ਆ ਖੋਤਾ, ਮੈਨੂੰ ਲੱਗਦਾ ਫਰਾਡ ਪਕੜਦਾ, ਲਾਸ਼ ਅੰਦਰ ਵੀ ਕੋਈ ਨਹੀਂ ਆਉਣੀ ਨੇ। ਹਟਾ ਮੁੜ ਪੈਸੇ ਚੱਕ ਲੈਣ ਵਾਪਿਸ ਕਰਨ ਜਿਹੜੀ ਇਮਦਾਦ ਲਈ। ਹਾਂ ਮੈਂ ਪੈਸੇ ਦੇਣਾ, ਵਿੱਚ 20,000 ਰੁਪਇਆ ਖੁੱਟਦਾ, ਆਪਦਾ ਕੋਠਾ ਢਾ ਕੇ ਨਾ ਇੱਟਾ ਕਾ ਵੇਚ ਕੇ ਮੈਂ 20,000 ਹੀ ਪੂਰਾ ਕਰ ਦੇਣਾ ਹੈ। ਹਾਂ तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।